ਦਿਸ ਪ੍ਰੋਗਰਾਮ ਇਜ਼ ਕੋ ਸਪੋਂਸਰਡ ਬਾਏ ਵੈਦ ਆਯੁਰਵੰਸ਼ੀ ਫਾਰਮੇਸੀ ਲੁਧਿਆਣਾ। ਇਹ ਹੈ ਪੁਲਿਸ ਸਟੇਸ਼ਨ ਡਾਬਾ, ਜਿੱਥੋਂ ਦੇ ਲਛਮਣ ਨਗਰ ਦੇ ਵਿੱਚ ਹੋਈ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੁਲਿਸ ਬਿਲਕੁਲ ਕ੍ਰਿਮੀਨਲ ਦੇ ਖਿਲਾਫ ਐਕਸ਼ਨ ਲੈਣ ਦੇ ਵਿੱਚ ਸੁਸਤ ਹੈ। ਆਹ ਦੇਖੋ, ਇੱਕ ਸ਼ਖਸ ਜੋ ਘਰ ਦੇ ਵਿੱਚੋਂ ਇੱਕ ਮੋਟਰਸਾਈਕਲ ਬੈਕ ਕਰਦਾ ਹੈ, ਗਲੀ ਦੇ ਵਿੱਚ ਉਹਨੂੰ ਕਿੱਕ ਮਾਰਦਾ ਹੈ ਅਤੇ ਆਰਾਮ ਨਾਲ ਲੈ ਕੇ ਤਸੱਲੀ ਦੇ ਨਾਲ ਦਿਨ ਦਿਹਾੜੇ ਡੇ ਲਾਈਟ ਦੇ ਵਿੱਚ ਉਹਨੂੰ ਲੈ ਕੇ ਫਰਾਰ ਹੋ ਜਾਂਦਾ ਹੈ। ਇਸ ਸ਼ਖਸ ਨੇ ਇਸ ਘਰ ਦੇ ਅੰਦਰ ਜੋ ਜਵੈਲਰੀ ਸੀ, ਕੈਸ਼ ਸੀ, ਔਰ ਬਿਲਕੁਲ ਸਾਰੀਆਂ ਚੀਜ਼ਾਂ 'ਤੇ ਹੱਥ ਸਾਫ਼ ਕੀਤਾ ਅਤੇ ਲੈ ਕੇ ਫਰਾਰ ਹੋ ਗਿਆ। ਇਹਨਾਂ ਗਲੀਆਂ ਦੇ ਵਿੱਚ ਸ਼ਰੇਆਮ ਵਿਦਾਊਟ ਨੰਬਰ ਪਲੇਟ ਮੋਟਰਸਾਈਕਲਾਂ 'ਤੇ ਜੋ ਨਕਾਬਪੋਸ਼ ਲੜਕੇ, ਰੁਮਾਲ ਬੰਨ ਕੇ ਲੜਕੇ ਅਤੇ ਬਹੁਤ ਸਾਰੇ ਕ੍ਰਿਮੀਨਲ ਐਕਟੀਵਿਟੀਜ਼ ਹੁੰਦੀਆਂ ਨੇ, ਲੇਕਿਨ ਪੁਲਿਸ ਦਾ ਕੋਈ ਵੀ PCR ਦਸਤਾ ਜਾਂ ਟ੍ਰੈਫਿਕ ਦੀ ਜਿਹੜੀ ਕਾਰਜ ਗੁਜ਼ਾਰੀ ਹੁੰਦੀ ਹੈ ਕੋਈ ਨਹੀਂ ਆਉਂਦੀ। ਪੁਲਿਸ ਸੂਚਨਾ ਦਿੱਤੀ, 100 ਨੰਬਰ 'ਤੇ ਕੋਲ ਕੀਤੀ ਸੀਗੀ। 4 ਵਾਰੀ ਕੋਲ ਕਰਨ 'ਤੇ ਵੀ ਪੁਲਿਸ ਨੇ ਬੰਦਿਆਂ ਨੇ ਫੋਟੋਆਂ ਦੇ ਦਿੱਤੀਆਂ, ਕਾਰਵਾਈ ਛੇਤੀ ਤੋਂ ਛੇਤੀ ਕੀਤੀ ਜਾਵੇ, ਪਰ ਉਹਨਾਂ ਵੱਲੋਂ ਕਾਰਵਾਈ ਇੰਨਾ ਇੰਟਰਸਟ ਨਹੀਂ ਹੈਗੀ। ਮੈਂ ਜਿਸ ਹਿਸਾਬ ਨਾਲ ਦੇਖਿਆ ਉਹਨਾਂ ਨੇ ਗਿਆ, ਉਹ ਸਾਨੂੰ ਉਲਟਾ ਪੁੱਛ ਰਹੇ ਕਿ ਤੁਹਾਡੇ ਕੋਲ ਕੈਸ਼ ਕਿੱਥੋਂ ਆਇਆ, ਕੀ ਸੀਗਾ, ਕੀ ਸਿਸਟਮ ਆ। ਔਰ ਸਰ ਮੌਕੇ 'ਤੇ ਕੌਣ ਆਇਆ ਤਾ ਪੁਲਿਸ ਵਾਲਾ? ਮੌਕੇ 'ਤੇ ਸਾਨੂੰ ਇੱਕ ਫੋਨ ਹੀ ਆਇਆ ਸੀ ਪੁਲਿਸ ਵੱਲੋਂ 100 ਨੰਬਰ ਤੋਂ ਕਿ ਤੁਸੀਂ ਆਪਣਾ ਥਾਣੇ ਆ ਕੇ ਰਿਪੋਰਟ ਲਿਖਾਓ ਅਤੇ ਸਾਡੀਆਂ VIP ਡਿਊਟੀਆਂ ਲੱਗੀਆਂ ਹੋਈਆਂ। VIP ਤੁਹਾਡਾ ਨਾਮ? ਮੇਰਾ ਨਾਮ ਸੰਜੀਵ ਕੁਮਾਰ। ਸਰ ਤੁਹਾਡੀ ਬਾਈਕ ਮਿਲ ਗਈ ਹੈ ਹੁਣ ਕਿਸ ਤਰ੍ਹਾਂ? ਸਰ 3 ਤਰੀਕ ਨੂੰ ਸਾਡੇ ਘਰ ਚੋਰੀ ਹੋਈ ਸੀ। ਹਾਂਜੀ ਸਰ, ਪੁਲਿਸ ਦੇ ਥਾਣੇ 2 ਵਾਰ ਚੱਕਰ ਲਾਉਣੇ, 2 ਦਿਨ ਸਰ ਕੋਈ FIR ਨਹੀਂ ਦਰਜ ਕੀਤੀ। ਜਦੋਂ ਸਰ ਮੀਡੀਆ 'ਤੇ ਕਰੰਟ ਚੈਨਲ ਨੇ ਰਿਪੋਰਟ ਪਾਈ ਆ, ਉਸ ਤੋਂ ਬਾਅਦ ਸਰ ਸਾਡੀ FIR ਦਰਜ ਹੋਈ ਆ। ਉਸ ਤੋਂ ਬਾਅਦ ਸਰ ਸਵੇਰੇ ਅੱਜ ਤਕਰੀਬਨ 5:30 ਵਜੇ ਦੇ ਕਰੀਬ ਸਰ ਗਲੀ ਮਹੱਲੇ ਤੋਂ ਪਤਾ ਲੱਗਿਆ ਕਿ ਇੱਕ ਬਾਈਕ ਖੜੀ ਹੈ। ਜਦੋਂ ਸਰ ਚੈਸੀ ਨੰਬਰ ਚੈੱਕ ਕੀਤਾ ਤਾਂ ਪਤਾ ਲੱਗਿਆ ਸਰ ਮੇਰੀ ਬਾਈਕ ਹੈ, ਜਿਹਦੀ ਨੰਬਰ ਪਲੇਟ ਹੈ ਨਹੀਂ ਕਿਹੜਾ ਦੀ ਬਾਈਕ। ਸਰ ਸਵੇਰੇ ਸਰ ਪੁਲਿਸ ਨੂੰ ਫੋਨ ਕੀਤਾ ਸੀਗਾ, ਪਰ ਮੌਕੇ 'ਤੇ ਸਰ ਕੋਈ ਵੀ ਪੁਲਿਸ ਅਜੇ ਤੱਕ ਮੁਲਾਜ਼ਮ ਨਜ਼ਰ ਨਹੀਂ ਆਇਆ, ਨਾ ਸਰ ਉਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਕਿ ਤੁਸੀਂ ਖੜੀ ਕਰ ਦਿਓ, ਸ਼ਾਮੀ ਆ ਕੇ ਅਸੀਂ ਬਰਾਮਦੀ ਪਾ ਦਾਂਗੇ, ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ। ਸਰ ਨਾ ਸਰ ਉਸ ਤੋਂ ਬਾਅਦ ਚੋਰੀ ਤੋਂ ਬਾਅਦ ਨਾ ਕੋਈ ਪੁਲਿਸ ਵਾਲਾ ਗਲੀ 'ਚ PCR ਵਾਲੇ ਗੇੜੇ ਮਾਰ ਰਿਹਾ। ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਕੋਈ ਅਸਰ ਨਹੀਂ ਹੋ ਰਿਹਾ। ਜਿੰਨੀ ਵਾਰੀ ਜਾਂਦੇ ਹਾਂ ਸਰ ਟਾਲ ਮਟੋਲ ਕਰਕੇ ਤੋਰ ਦਿੰਦੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ, ਕਾਰਵਾਈ ਕਰ ਰਹੇ ਹਾਂ। ਅੱਜ ਤੋਂ ਸਰ ਲੋਹੜੀ 14-15 ਦਿਨ ਪਹਿਲਾਂ ਵੀ ਪਿਛਲੇ ਮਹੀਨੇ ਚੋਰੀ ਹੋਈ ਸੀਗੀ, 14 ਤਰੀਕ ਨੂੰ ਤਕਰੀਬਨ ਸਰ 1.5-2 ਲੱਖ ਦੇ ਕੈਸ਼ ਅਤੇ ਬਾਕੀ ਗਹਿਣੇ ਲੈ ਕੇ ਗਏ ਸੀ। ਅਜੇ ਤੱਕ ਵੀ ਸਰ ਉਹਨਾਂ ਦੀ ਕੰਪਲੇਂਟ ਰਜਿਸਟਰ ਨਹੀਂ ਕੀਤੀ ਹੋਈ ਪ੍ਰੋਪਰ, ਅਤੇ ਬਸ ਉਹ ਗੇੜੇ ਦੇ ਗੇੜੇ ਲੋਕ ਆ ਰਹੇ ਪੁਲਿਸ ਪ੍ਰਸ਼ਾਸਨ। ਹਾਂਜੀ, ਕੰਟੈਂਟ ਚੈਨਲ ਧੰਨਵਾਦ ਕਰਦੇ ਹਾਂ, ਜਿੰਨੇ ਵੀ ਤੋਰ ਸਰ ਅੱਜ ਬਾਈਕ ਸਾਨੂੰ ਵਾਪਸ ਮਿਲ ਗਈ ਆ, ਤਾਂ ਉਮੀਦ ਕਰਦਾ ਕਿ ਬਾਕੀ ਸਮਾਂ ਵੀ ਸਾਨੂੰ ਛੇਤੀ ਵਾਪਸ ਮਿਲ ਜਾਏਗਾ ਉਹਨਾਂ ਦੀ। ਮੀਡੀਆ ਨੂੰ 4th ਪਿੱਲਰ ਆਫ ਡੈਮੋਕ੍ਰੇਸੀ ਅਤੇ ਸਮਾਜ ਦੀ 3ਰੀ ਅੱਖ ਮੰਨਿਆ ਜਾਂਦਾ ਹੈ। ਜੇਕਰ ਸਾਡੇ ਦਰਸ਼ਕਾਂ ਨੇ, ਬਹੁਤ ਸਾਰੇ ਵਿਊਅਰਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਕ੍ਰਿਮੀਨਲ ਜਿਹੜਾ ਚੋਰ ਸੀ ਉਹ ਉਸ ਬਾਈਕ ਨੂੰ ਉੱਥੇ ਹੀ ਉਸੇ ਗਲੀ 'ਚ ਖੜਾ ਕਰਕੇ ਗਿਆ ਜਿੱਥੋਂ ਉਸਨੇ ਚੱਕਿਆ ਸੀ। ਸਾਡੀ ਬਾਈਕ ਮਿਲ ਗਈ ਹੈ। ਹਾਂਜੀ, ਥਾਣੇ ਕੰਪਲੇਂਟ ਕੀਤੀ ਸੀ, ਆਪਣੇ ਦਰਜ ਮੁਲਾਜ਼ਮਾਂ ਸਵੇਰ ਦੇ ਅਸੀਂ ਤਲਾਹ ਕੀਤੀ, ਅੱਜ ਤੱਕ ਸਾਡੇ ਕੋਈ ਮੋਟਰਸਾਈਕਲ ਦੇਖਣ ਨਹੀਂ ਆਇਆ। ਬਾਕੀ ਸਾਡੇ ਨਗਦੀ ਜਿਹੜੇ ਜੇਵਰਾਤ ਗਏ ਆ, ਨਗਦੀ ਪੈਸਾ ਗਿਆ, ਉਹ ਨਹੀਂ ਸਾਨੂੰ ਆਇਆ, ਮਤਲਬ ਮਿਲਿਆ ਨਹੀਂ ਗਿਆ। ਪਰ ਸਾਡੀ ਕਾਰਵਾਈ ਨਹੀਂ ਹੋ ਰਹੀ, ਸਵੇਰ ਦਾ ਫੋਨ ਕੀਤਾ ਅੱਜ ਤੱਕ ਮੋਟਰਸਾਈਕਲ ਕੋਈ ਨਹੀਂ ਦੇਖਣ ਆਇਆ। ਬਾਈਕ ਨੂੰ ਸ਼ੀਸ਼ੇ ਸ਼ੂਸ਼ੇ ਸਾਰੇ ਤੋੜੇ ਆ, ਨੰਬਰ ਪਲੇਟਾਂ ਲਾਈਆਂ ਨੇ, ਪਰ ਸਾਡੀ ਗਰੀਬਾਂ ਦੀ ਸੁਣਾਈ ਨਹੀਂ ਹੋ ਰਹੀ। ਮੀਡੀਆ ਵਾਲਿਆਂ ਨੇ ਇਹ ਵੀ ਅਸੀਂ ਪਾਇਆ ਅਤੇ ਉਹਦੇ ਵਿੱਚ ਬਾਈਕ ਆਈ ਆ, ਤਾਂ ਸਾਡੀ ਬਾਈਕ ਮਿਲੀ ਹੈ। ਦਿਨ ਦਿਹਾੜੇ ਹੋਈ ਚੋਰੀ ਦੀ ਇਸ ਵਾਰਦਾਤ ਅਤੇ ਹੋਰ ਕਈ ਵਾਰਦਾਤਾਂ ਬਾਰੇ ਜਦੋਂ ਥਾਣਾ ਡਾਬਾ ਦੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਅਤੇ IO ਨਾਲ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਥਾਣੇ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਥਾਣੇ ਦੇ ਵਿੱਚ ਨਹੀਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਅਤੇ ਕਿ ਪੁਲਿਸ ਦਾ ਆਮ ਲੋਕਾਂ ਦੇ ਪ੍ਰਤੀ ਕੀ ਰਵੱਈਆ ਹੋਵੇਗਾ ਅਤੇ ਫੁਟੇਜ ਅਤੇ ਆਡੀਓ ਵੀਡੀਓ ਦੇਣ ਦੇ ਬਾਅਦ ਵੀ ਆਰੋਪੀ ਨੂੰ ਕੀ ਗ੍ਰਿਫਤਾਰ ਕਦੋਂ ਤੱਕ ਕੀਤਾ ਜਾਵੇਗਾ।
ਸੋ